ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਪਟਿਆਲਾ ਵਿੱਚ ਪਹੁੰਚ ਕੇ ਐਲਾਨ ਕੀਤਾ ਹੈ। ਪਟਿਆਲਾ ਵਿੱਚ ਪਹੁੰਚੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ। ਉਹਨਾਂ ਦਾ ਕਹਿਣਾ ਹੈ ਕਿ 90 ਲੱਖ ਦੇ ਬਜਟ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਬੱਸ ਸਟੈਂਡ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਿਰਦਾਵਰੀ ਦਾ ਫੈਸਲਾ ਲਿਆ ਹੈ। ਆਓ ਸੁਣਦੇ ਹਾਂ ਡਾਕਟਰ ਗੁਰਪ੍ਰੀਤ ਕੌਰ ਦੀ ਮੀਡੀਆ ਦੇ ਨਾਲ ਹੋਈ ਗੱਲਬਾਤ। ਦੇਖੋ ਜੀ, ਅੱਜ ਜਿਹੜੀ ਦੇਵੀਗੜ੍ਹ ਦੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ, ਬੱਸ ਸਟੈਂਡ ਸੀਗਾ ਨਹੀਂ, ਜਿਹੜਾ ਪਹਿਲਾਂ ਸੀਗਾ ਉਹ ਵੀ ਢਹਿ ਢੇਰੀ ਹੋਇਆ ਪਿਆ ਸੀਗਾ, ਅਤੇ ਹਲਕੇ ਦੀ ਮੰਗ ਸੀ ਕਿ ਬੱਸ ਸਟੈਂਡ ਬਣਨਾ ਚਾਹੀਦਾ। ਸੋ MLA ਸਾਹਿਬ ਦੇ ਮਿਹਨਤ ਸਦਕਾ ਅਤੇ ਮਾਨ ਸਰਕਾਰ ਦੀ ਦੇਣ ਸਦਕਾ ਅਤੇ ਅੱਜ ਬੱਸ ਸਟੈਂਡ ਦਾ ਉਦਘਾਟਨ ਹੋਇਆ, ਅਤੇ ਹੌਲੀ ਹੌਲੀ ਕੰਮ ਸ਼ੁਰੂ ਹੋ ਜੂਗਾ ਅਤੇ ਜਿਹੜੀ ਸਹੂਲਤ ਹੈ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਈ ਜਾਊ। ਕਿੰਨੇ ਕੁ ਬਜਟ 'ਚ ਜਿਹੜਾ ਤਿਆਰ ਕੀਤਾ ਜਾ ਰਿਹਾ ਸਰਕਾਰ? 90 ਲੱਖ ਦੇ ਨੇੜੇ ਤੇੜੇ ਜੀ ਇਹਦਾ ਬਜਟ ਹੈ, ਅਤੇ ਉਹਦੇ 'ਚ ਤਿਆਰ ਕੀਤਾ ਜਾਊਗਾ, ਜਲਦੀ ਇਹ ਤਿਆਰ ਵੀ ਹੋ ਜੂਗਾ ਜੀ। ਦੇਖੋ, ਜਿਹੜਾ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ ਉਹਦੇ ਬਾਰੇ ਸਰਕਾਰ ਪੂਰੀ ਗੌਰ ਕਰ ਰਹੀ ਹੈ, ਅਤੇ ਜਿਹੜੇ ਵੀ ਹੜ੍ਹ ਪ੍ਰਭਾਵਿਤ ਏਰੀਏ ਨੇ ਸਰਕਾਰ ਨੇ ਗੁਰਦੌਰੀਆਂ ਕਰਨ ਦਾ ਫੈਸਲਾ ਲਿਆ ਹੈ, ਜਿਹੜਾ ਵੀ ਨੁਕਸਾਨ ਹੋਇਆ ਫਸਲਾਂ ਦਾ ਹੋਇਆ, ਮਜ਼ਦੂਰਾਂ ਦੀ ਮਜ਼ਦੂਰੀ ਗਈ ਹੈ, ਉਹ ਪੂਰਾ ਕੰਪਨਸੇਟ ਕੀਤਾ ਜਾਊਗਾ ਜੀ। ਜਿਹੜੇ ਵੀ ਹਾਲ ਤੱਕ ਹੋਇਆ ਅਸੀਂ ਨਾਲ ਹਾਂ, ਸਰਕਾਰ ਹਮੇਸ਼ਾ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ ਯੂਟਿਊਬ ਚੈਨਲ।